ਇਹ ਮਹਾਨ ਦਿਨ ਚਾਰੇ ਹੀ ਸਾਹਿਬਜ਼ਾਦੇ ਇਹਨਾਂ ਦਾ ਮਹਾਨ ਸ਼ਹੀਦੀ ਸਾਕਾ ਵਿਸ਼ੇਸ਼ ਤੌਰ 'ਤੇ ਸਾਰੀਆਂ ਸੰਗਤਾਂ ਗੁਰੂ ਘਰ ਵੱਲੋਂ ਮਨਾਇਆ ਜਾ ਰਿਹਾ ਹੈ। ਅੱਜ ਜਿਸ ਤਰ੍ਹਾਂ ਆਪ ਜੀ ਨੇ ਸਰਵਣ ਕੀਤਾ ਹੈ ਭਾਈ ਸਾਹਿਬ ਜੀ ਤੋਂ ਕਥਾ 'ਤੇ, ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ ਚਮਕੌੜ ਦੀ ਗੜੀ ਵਿੱਚ ਕਿਸ ਤਰ੍ਹਾਂ ਉਹਨਾਂ ਇਸ ਮਹਾਨ ਸ਼ਹੀਦੀਆਂ ਪ੍ਰਾਪਤ ਕੀਤੀਆਂ, ਸਵਾ ਸਵਾ ਲੱਖ ਨਾਲ ਲੜਦੇ ਹੋਏ ਸ਼ਹੀਦ ਹੋਏ ਔਰ ਉਸ ਤੋਂ ਬਾਅਦ ਕਿਸ ਤਰ੍ਹਾਂ ਪੰਜ ਪਿਆਰਿਆਂ ਨੇ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੂੰ ਹੁਕਮ ਕੀਤਾ ਕਿ ਇਸ ਗੜੀ ਦੇ ਵਿੱਚੋਂ ਆਪ ਜੀ ਨੇ ਜ਼ਰੂਰ ਜਾਣਾ ਪਏਗਾ। ਗੁਰੂ ਸਾਹਿਬ ਜੀ ਤਿੰਨ ਦਾ ਹੁਕਮ ਮੰਨਦੇ ਹੋਏ ਲੇਕਿਨ ਨਾਲ ਤਾੜੀ ਮਾਰ ਕੇ ਉੱਥੋਂ ਜਾਣਾ, ਦੱਸ ਕੇ ਜਾਣਾ, ਛੁਪ ਕੇ ਨਹੀਂ। ਔਰ ਕਿਸ ਤਰ੍ਹਾਂ ਸਤਿਗੁਰੂ ਜੀ ਮਾਛੀਵਾੜੇ ਦੇ ਜੰਗਲਾਂ 'ਚ ਪਹੁੰਚੇ ਉਹ ਸਾਰਾ ਇਤਿਹਾਸ ਆਪ ਜੀ ਸਰਵਣ ਕਰ ਰਹੇ ਹੋ। ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਜੋ ਸ਼ਬਦ ਉਸ ਪਿਆਰੇ ਦੀ ਯਾਦ ਵਿੱਚ, ਪਰਮੇਸ਼ਰ ਦੀ ਯਾਦ ਵਿੱਚ ਉਹਨਾਂ ਨੇ ਉਚਾਰਿਆ, ਅਗੜੀ ਵਾਰ ਨਾਲ ਨਾਲ ਆਪਾਂ ਸ਼ਬਦ ਵੀ ਹਾਜ਼ਰੀਆਂ ਭਰਦੇ ਹਾਂ ਅਰਦਾਸ ਦੇ ਹੀ ਸ਼ਬਦ। ਔਰ ਉਸ ਤੋਂ ਬਾਅਦ ਕਿਸ ਤਰ੍ਹਾਂ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਸ ਪਰਮੇਸ਼ਰ 'ਤੇ ਓਟ ਆਸਣ ਰੱਖਦੇ ਹੋਏ, ਪ੍ਰਭ ਜੂ ਤੋ ਕਹਿ ਲਾਜ ਹਮਾਰੀ, ਨੀਲਕੰਠ ਨਰ ਹਰ ਨਾਰਾਇਣ ਨੀਲ ਬਸਣ ਬਨਵਾਰੀ। ਪਰਮੇਸ਼ਰ ਦੀ ਉਪਮਾ ਵਿੱਚ ਔਰ ਆਪਣੇ ਵੱਲੋਂ ਕਿਸ ਤਰ੍ਹਾਂ ਅਰਦਾਸ ਬੇਨਤੀਆਂ ਕਰਦੇ ਹਨ, ਕੋਈ ਗਿਲਾ ਨਹੀਂ। ਸ਼ੁਕਰ ਹੈ ਉਸ ਪਰਮੇਸ਼ਰ ਦਾ, ਉਹਦੇ ਪਿਆਰ ਦੇ ਵਿੱਚ ਕਿਸ ਤਰ੍ਹਾਂ ਸਤਿਗੁਰੂ ਜੀ ਯਾਦ ਕਰ ਰਹੇ ਹਨ। ਆਓ ਆਪਾਂ ਵੀ ਹਾਜ਼ਰੀਆਂ ਭਰੀਏ, ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਔਰ ਦੂਜਾ ਸ਼ਬਦ ਪ੍ਰਭ ਜੂ ਤੋ ਕਹਿਲਾਜ ਹਮਾਰੀ। ਆਓ ਸਾਰੇ ਹਾਜ਼ਰੀਆਂ ਭਰੀਏ। ਸਤਨਾਮ ਸ੍ਰੀ ਵਾਹੇ ਗੁਰੂ, ਮਿੱਤਰ ਪਿਆਰੇ ਨੂੰ, ਮਿੱਤਰ ਪਿਆਰੇ ਮਿੱਤਰ ਪਿਆਰੇ
तो कहलाज हमारी
ਪਹਿਲਾ ਜੇ ਹਮ
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।